ਵੱਡੀ ਗੱਲ ਜਿਹੜੀ ਵੱਡਾ ਸਿਨੈਰੀ ਉਹ ਵੇਖਣ ਦੀ ਲੋੜ ਹੈ ਕਿ ਸਾਡਾ ਵਿਅਕਤੀ ਪੜ੍ਹਿਆ। ਪਹਿਲੇ ਤਾਂ ਆਹ ਜਿਹੜੇ ਐਮ ਪੀ ਖਲੋਤੇ ਨੇ ਇਹਨਾਂ ਵੱਲ ਧਿਆਨ ਮਾਰ ਕੇ ਵੇਖੋ, ਪੜ੍ਹੇ ਲਿਖਿਆਂ ਦਾ ਟਾਈਮ ਹੈ। ਹੁਣ ਗੂਗਲ ਕਰਕੇ ਪਹਿਲੇ ਪਤਾ ਕਰੋ ਕਿ ਜਿੰਨੇ ਬਾਕੀ ਦੇ ਖਲੋਰੇ ਇਹਨਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ। ਮੈਂ ਲੁਧਿਆਣੇ ਕੱਲ੍ਹ ਸੀ, ਇੱਕ ਪਾਰਟੀ ਦਾ ਐਮ ਪੀ ਜਿਹੜਾ ਜਿਹਨੂੰ ਟਿਕਟ ਦਿੱਤੀ ਆਪ ਵਾਲਿਆਂ ਨੇ, ਉਹ ਸੱਤਵੀਂ ਪੜ੍ਹਿਆ ਅੱਜ। ਅਤੇ ਆ ਬਿੱਟੂ ਨੂੰ ਸਾਡੀ ਗਲਤੀ ਵੀ ਆ, ਮੈਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀ, ਕੱਲ੍ਹ ਹੀ ਅਖਬਾਰ ਦੇ ਵਿੱਚ ਆਇਆ ਕੀ ਪੜ੍ਹਿਆ, ਅੱਠਵੀਂ ਪੜ੍ਹਿਆ ਜੀ। ਜਿਹੜਾ ਸੱਤਵੀਂ ਅਤੇ ਅੱਠਵੀਂ ਪੜ੍ਹਿਆ ਇਹਦੇ ਉੱਤੇ ਤਾਂ ਅਸੀਂ ਸੱਤਵੀਂ ਅੱਠਵੀਂ ਤਾਂ ਪਿੰਡ ਦਾ ਕੋਈ ਚੌਂਕੀਦਾਰ ਨਹੀਂ ਰੱਖਦੇ। ਇਹ ਦੱਸੋ ਪਾਰਲੀਮੈਂਟ 'ਚ ਕਰੇਗਾ ਕੀ, ਇਹ ਗੁੰਗੇ ਭਲਵਾਨ ਆਪਾਂ ਉੱਤੇ ਘੱਲ ਕੇ ਕਰਾਂਗੇ ਕੀ? ਇਹ ਤਾਂ ਨਿਰੇ ਡੋਸੇ ਅਤੇ ਸਮੋਸੇ ਖਾ ਕੇ ਪੰਜ ਸਾਲ 'ਚ ਕੁੜਤੇ ਝਾੜਦੇ ਵਾਪਸ ਆ ਜਾਂਦੇ, ਕਿਉਂਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉੱਥੇ ਚੱਲ ਕੀ ਰਿਹਾ। ਅੰਗਰੇਜ਼ੀ ਦੇ ਵਿੱਚ ਬਹਿਸ ਹੁੰਦੀ ਉਹ ਵੀ ਸਿਰ ਦੇ ਉੱਤੋਂ ਦੀ ਟੱਪ ਜਾਂਦੀ ਹੈ, ਹਿੰਦੀ 'ਚ ਹੁੰਦੀ ਤਾਂ ਥੱਲੋਂ ਦੀ ਟੱਪ ਜਾਂਦੀ ਹੈ। ਇੱਕ ਬਹਿਸ ਸਿਰ ਦੇ ਉੱਤੋਂ ਦੀ, ਇੱਕ ਲੱਤਾਂ ਦੇ ਥੱਲੋਂ ਦੀ ਟੱਪ ਜਾਂਦੀ ਹੈ ਅਤੇ ਆ ਜਾਂਦੇ ਨੇ ਵਾਪਸ, ਗੱਲਾਂ ਬਾਤਾਂ ਕਰਦੇ ਰਹਿੰਦੇ, ਆਪਾਂ ਦੂਜਿਆਂ ਨੂੰ ਹੀ ਦੂਜਿਆਂ ਦੇ ਕਹਿਣ 'ਤੇ ਵੋਟਾਂ ਵੋਟਾਂ ਦੇ ਦਿੱਤੀਆਂ। ਵੇਖੋ ਤੁਹਾਨੂੰ ਓਪਨ ਹੈ, ਜਿਹੜਾ ਆਪ ਦਾ ਕੈਂਡੀਡੇਟ ਉਹ ਸੱਤਵੀਂ ਅਤੇ ਬਿੱਟੂ ਸਾਡਾ ਅੱਠਵੀਂ। ਆਹ ਜਿਹੜੇ ਹੁਣ ਵਾਲੇ ਜਿਹਾ ਭਾਜਪਾ ਦਾ ਜਿਹੜਾ ਇੱਥੇ ਅੱਜ ਜਿਹਨੂੰ ਟਿਕਟ ਦਿੱਤੀ, ਮੇਰਾ ਖਿਆਲ ਪੰਜਵੀਂ ਨਹੀਂ ਹੋਣਾ। ਆ ਜਿਹੜਾ ਬੀਜੇਪੀ ਵਾਲਿਆਂ ਨੇ ਟਿਕਟ ਦਿੱਤੀ ਹੈ ਪੰਜਵੀਂ ਨਹੀਂ ਹੋਣਾ, ਜਿਹੜਾ ਆਪ ਵਾਲਾ ਇਹ ਮੇਰਾ ਖਿਆਲ ਦਸਵੀਂ ਨਹੀਂ ਹੋਣਾ। ਇੱਕ ਸਿਫਤ ਆਪ ਵਾਲੇ 'ਚ ਹੈ, ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ, ਇੱਕੋ ਬਹੁਜਨ ਸਮਾਜ ਹੀ ਰਹਿ ਗਈ ਜਿਹਦੇ 'ਚ ਨਹੀਂ ਗਿਆ, ਬਾਕੀ ਸਾਰਿਆਂ ਤੋਂ ਗੇੜਾ ਕੱਢ ਆਇਆ। ਹਾਂਜੀ ਹਾਂਜੀ, ਨਹੀਂ ਉਹ ਤਾਂ ਅਸੀਂ ਆਪੇ ਛੱਡ ਆਵਾਂਗੇ। ਮੇਰਾ ਮਤਲਬ ਕਹਿਣ ਦਾ ਜੀ, ਸਰਕਸ ਵਰਗਾ, ਮਿਊਜ਼ੀਕਲ ਚੇਅਰਸ ਵਰਗਾ, ਉਹ ਇੱਕ ਗੇਮ ਹੁੰਦੀ ਹੈ ਨਾ ਮਿਊਜ਼ੀਕਲ ਚੇਅਰਸ, ਕੋਈ ਕੁਰਸੀ ਨਹੀਂ ਛੱਡੀ, ਸਾਡਾ ਕਸੂਰ ਵੀ ਉਹਦੇ 'ਚ। ਪਹਿਚਾਣ ਜਿਹੜੀ ਪਾਰਟੀਆਂ ਵੀ ਭੁੱਲ ਜਾਂਦੀਆਂ ਨੇ, ਬੰਦਾ ਵੇਖਣਾ, ਪਡਿਗਰੀ ਵੇਖਣੀ ਬਹੁਤ ਜ਼ਿਆਦਾ ਜ਼ਰੂਰੀ। ਪਹਿਲੇ ਅਕਾਲੀ ਦਲ 'ਚ ਸੀ, ਫਿਰ PPP 'ਚ ਆਇਆ, ਫਿਰ ਤੁਹਾਡੇ 'ਚ ਆਇਆ, ਸਾਡੇ ਤੋਂ ਆਪ ਨੂੰ ਤੁਰ ਗਿਆ। ਤੁਸੀਂ, ਤੁਹਾਡੇ ਸਾਹਮਣੇ ਮੈਂ ਐਗਜ਼ਾਮਪਲ ਪੇਸ਼ ਕਰਨ ਲੱਗਾ। ਇੱਕ ਸਾਲ ਪਹਿਲੇ ਚੌਧਰੀ ਸੰਤੋਖ ਸਿੰਘ ਦੀ ਮੌਤ ਹੁੰਦੀ ਸਾਡੇ MP ਜਲੰਧਰ ਵਾਲਿਆਂ, ਭਾਰਤ ਜੋੜੋ ਦੇ ਫੰਕਸ਼ਨ 'ਚ ਸੁਸ਼ੀਲ ਕੁਮਾਰ ਰਿੰਕੂ ਨਾਂ ਦਾ ਇੱਕ ਵਿਅਕਤੀ ਜਿਹੜਾ ਪਹਿਲੇ ਮਿਊਂਸੀਪਲ ਕਾਉਂਸਲਰ ਰਿਹਾ ਸੀ, ਅਸੀਂ ਟਿਕਟ ਦੇ ਦਿੱਤੀ, ਆਪ ਵਾਲਿਆਂ ਨੇ MP ਖੜ੍ਹਾ ਕਰਤਾ। ਉਹਨੂੰ ਇਲੈਕਸ਼ਨਾਂ ਤੋਂ ਪਹਿਲੇ ਜੋ ਚੌਧ ਸਾਹਿਬ ਦੀ ਮੌਤ ਹੁੰਦੀ, ਮੈਂ ਖੁਦ ਗੱਲ ਕੀਤੀ, ਕਹਿੰਦਾ ਮੈਂ ਅਪਲਾਈ ਕੀਤਾ। ਮੈਂ ਕਿਹਾ ਕਾਕਾ ਅਪਲਾਈ ਤਾਂ ਕੀਤਾ, ਤੂੰ ਨਿਹਰਾ ਕਾਉਂਸਲਰ ਰਿਹਾ, ਇੱਕ ਵਾਰ MLA ਬਣਿਆ, ਇਸ ਪਰਿਵਾਰ ਨੂੰ ਕਈ ਸਾਲ ਇਲੈਕਸ਼ਨਾਂ ਲੜਦਿਆਂ ਨੂੰ ਹੋ ਗਏ ਨੇ, ਕਿਰਪਾ ਕਰਕੇ ਉਹਨਾਂ ਦੀ ਮੌਤ ਹੋਈ ਹੈ, ਇਸ ਟਾਈਮ ਤੂੰ ਐਦਕੀ ਇਸ ਸੀਟ 'ਤੇ ਆਪਣਾ ਹੱਕ ਨਾਲ ਜਿੱਤਾ, ਜਿਹੜੀ ਹੁਣ ਇਲੈਕਸ਼ਨ ਆਈ, ਇਸ ਟਾਈਮ ਕਰੇਂਗਾ ਤਾਂ ਅਸੀਂ ਵੀ ਤੇਰੀ ਮਦਦ ਕਰ। ਪਰ ਨਹੀਂ ਮੁੜਿਆ ਜੀ, MP ਬਣਾਤਾ ਆਪ ਨੇ। ਉਹ ਚੇਨਾ ਵਾਲੀ ਫੋਟੋ ਤੁਸੀਂ ਵੇਖੀ ਹੋਣੀ, ਪਾਰਲੀਮੈਂਟ ਚੇਨਾ ਪਾ ਕੇ ਖਲੋਤਾ ਸੀ ਮੋਦੀ ਦੇ ਖਿਲਾਫ। ਇੱਕ ਸਾਲ ਦੇ ਵਿੱਚ ਵੇਖੋ, ਉਹ ਆਪ ਵੀ ਛੱਡ ਗਿਆ, ਆਪ ਦਾ ਕੈਂਡੀਡੇਟ ਸੀ, ਇਲੈਕਟਿਡ MP ਕੈਂਡੀਡੇਟ ਹੋਇਆ ਤਾਂ BJP 'ਚ ਭੱਜ ਗਿਆ। ਅਤੇ ਜਦੋਂ ਅਗਲੇ ਦਿਨ ਫੋਟੋ ਆਈ ਹੈ, ਤੁਸੀਂ ਵੇਖੋ ਇਹਨਾਂ ਲੋਕਾਂ ਦੀ ਸੋਚ ਦੀ ਕਹਾਣੀ। ਅਗਲੇ ਦਿਨ ਫੋਟੋ ਆਈ, 5 ਕਮਾਂਡੋ ਖੱਬੇ ਹੱਥ ਖਲੋਤੇ ਨੇ ਅਤੇ 5 ਸੱਜੇ ਹੱਥ ਖਲੋਤੇ। ਉਹਦਾ ਮਤਲਬ ਇਹ ਸੀ, ਜਾਂ ਪੁਰਾਣੇ ਵਕਤ ਮਹਾਰਾਜਿਆਂ ਦੀਆਂ ਫੋਟੋਆਂ ਆਉਂਦੀਆਂ ਨਾ, ਭੁਪਿੰਦਰ ਸਿੰਘ ਦੀਆਂ, ਉਹ ਵਿੱਚ ਬੰਦੂਕ ਲੈ ਕੇ ਖਲੋਤਾ ਅਤੇ ਆਲੇ ਦੁਆਲੇ 5 ਸ਼ੇਰ ਇੱਧਰ ਮਾਰੇ ਪਏ ਅਤੇ 5 ਖੱਬੇ ਹੱਥ ਮਾਰੇ ਪਏ ਨੇ, ਇਸ ਤਰ੍ਹਾਂ ਕਮਾਂਡੋਆਂ ਦੇ। ਉਹਦਾ ਮਤਲਬ ਸੀ ਕਿ ਆਹ ਉਹਦੀ ਉਪਲਬਧੀ ਹੈ,
ਬੀਜੇਪੀ 'ਚ ਇਸ ਕਾਰਨ ਕਿਹਾ ਕਿ 10 ਕਮਾਂਡੋ ਉਹਨਾਂ ਦੇ।